ਸਤਿ ਸ਼੍ਰੀ ਅਕਾਲ ਜੀ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਫਤਿਹ ਬੁਟੀਕ ਬਰਡ ਰੁੱਖਾਂ ਦੇ ਪੇਜ ਉੱਪਰ ਅੱਜ ਬਹੁਤ ਸੋਹਣੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂਗੇ। ਸਾਰੀ ਵੀਡੀਓ ਦੇ ਵਿੱਚ ਜਿੰਨੇ ਵੀ ਸੂਟ ਤੁਹਾਨੂੰ ਵਾਰੀ ਵਾਰੀ ਨਾਲ ਦਿਖਾਵਾਂਗੇ, ਸਾਰੇ ਸੂਟ ਇੰਨੇ ਜ਼ਿਆਦਾ ਸੋਹਣੇ ਨੇ, ਤੁਹਾਡਾ ਦਿਲ ਕਰੂ ਵੀ ਇਹ ਵੀ ਸੂਟ ਅਸੀਂ ਲੈ ਲਈਏ, ਇਹ ਵੀ ਸੂਟ ਲੈ ਲਈਏ। ਅਤੇ ਦੇਖੋ ਦੁਪੱਟੇ ਦਾ ਕਲਰ ਹਲਕਾ ਜਿਹਾ ਪਿੰਕ ਜਿਹੀ ਸਟੋਨ 'ਤੇ ਆ। ਇਹਦੇ ਵਿੱਚੋਂ ਹੀ ਆਪਾਂ ਨੇ ਜਿਹੜਾ ਪੈਚ ਦਾ ਕੰਮ ਆ, ਔਰਗੈਂਜਾ ਪੈਚ ਆਪਾਂ ਨੇ ਸੂਟ ਦੇ ਵਿੱਚ ਲਗਾਇਆ ਗਾ। ਅਤੇ ਇਹ ਜਿਹੜਾ ਵਰਕ ਆ, ਵਰਕ ਬਹੁਤ ਪਿਆਰਾ ਗਾ। ਆਜੋ ਵਰਕ ਵੇਖਦੇ ਆਪਾਂ, ਸੂਟ ਜਿਹੜਾ ਕਿ ਬਹੁਤ ਸੋਹਣਾ। ਇਹ ਦੁਪੱਟੇ ਦੇ ਵਿੱਚੋਂ ਚੱਕ ਕੇ ਹੀ ਆਪਾਂ ਨੇ ਇੱਥੇ ਪੈਚ ਲਗਾਏ ਨੇ ਅਤੇ ਉੱਪਰ ਹੈਂਡ ਵਰਕ ਕੀਤਾ ਪੈਚ ਲਗਾ ਕੇ। ਪੈਚ ਲੱਗੇ ਹੋਏ ਸੂਟ ਬਹੁਤ ਸੋਹਣਾ ਲੱਗ ਰਿਹਾ। ਐਂਡ ਇਹਦਾ ਜਿਹੜਾ ਵਰਕ ਆ ਤੁਸੀਂ ਵੇਖ ਸਕਦੇ ਹੋ, ਵਰਕ ਵੀ ਇੰਨਾ ਜ਼ਿਆਦਾ ਸੋਹਣਾ ਗਾ ਸੂਟ ਦਾ। ਅਤੇ ਵਰਕ 'ਤੇ ਅਸੀਂ ਨੇ ਲਟਕਣ ਜਿਹੜੇ ਕਿ ਲਗਾਏ ਆ ਉਹ ਵੀ ਮੋਤੀਆਂ ਵਾਲੇ ਲਗਾਏ ਆ, ਕਿਉਂਕਿ ਸਾਰਾ ਦੇਖੋ ਜਿਹੜਾ ਕੰਮ ਸੀਗਾ ਕੰਮ ਦੇ ਅਕੋਰਡਿੰਗ ਹੀ ਲਗਾਇਆ। ਜਿੱਦਾਂ ਦਾ ਸਲੀਵਸ ਦੇ ਉੱਪਰ ਵਰਕ ਆ ਉਸ ਤਰੀਕੇ ਦੇ ਹੀ ਆਪਾਂ ਨੇ ਜਿਹੜੇ ਲਟਕਣ ਨੇ ਉਹ ਵੀ ਲਗਾਏ ਨੇ। ਅਤੇ ਨਾਲ ਨਾਲ ਮੈਂ ਤੁਹਾਨੂੰ ਦਿਖਾਉਣੀ ਆ ਸ਼ਰਟ ਦਾ ਵਰਕ। ਸ਼ਰਟ ਦਾ ਵਰਕ ਆ ਜਿਹੜਾ ਬਹੁਤ ਹੀ ਪਿਆਰਾ ਹੋਇਆ ਹੋਇਆ, ਬਹੁਤ ਹੀ ਸੋਹਣਾ ਲੱਗ ਰਿਹਾ ਵਰਕ। ਅਤੇ ਇਹਦਾ ਦੁਪੱਟਾ ਤੁਸੀਂ ਦੇਖੋਗੇ ਤਾਂ ਬਹੁਤ ਕਮਾਲ ਹੈ, ਬਹੁਤ ਸੋਹਣਾ ਦੁਪੱਟਾ। ਆ ਦੇਖੋ ਦੁਪੱਟਾ, ਦੁਪੱਟਾ ਦੇਖੋ ਜੀ ਕਿੰਨਾ ਸੋਹਣਾ ਗਾ। ਔਰਗੈਂਜਾ ਪਿਓਰ ਦੇ ਉੱਪਰ ਜਿਹੜਾ ਕਿ ਵਰਕ ਹੋਇਆ ਹੋਇਆ ਦੁਪੱਟਾ ਗਾ। ਦੁਪੱਟੇ ਦਾ ਵਰਕ ਤੁਸੀਂ ਵੇਖ ਸਕਦੇ ਹੋ ਜੀ, ਅਤੇ ਇਹ ਦੋਨੇ ਪੱਲੂਆਂ ਦੇ ਉੱਪਰ ਬਣਿਆ ਹੋਇਆ ਵਰਕ ਆ। ਐਂਡ ਇਹਦੀ ਸਾਈਡ ਲਾਈਨ ਦੇ ਵਿੱਚ ਵੀ ਬਹੁਤ ਪਿਆਰਾ ਵਰਕ ਹੋਇਆ ਹੋਇਆ। ਇਹ ਦੇਖੋ ਆਪਾਂ ਨੇ ਇਹਨਾਂ ਨੂੰ ਫਿਨਿਸ਼ਿੰਗ ਦੇਣ ਲਈ ਪਰਲ ਮੋਤੀ ਲਗਾਇਆ ਫਿਨਿਸ਼ਿੰਗ ਦੇ ਲਈ ਦੁਪੱਟੇ ਨੂੰ। ਅਤੇ ਵਰਕ ਦੇਖੋ ਤੁਸੀਂ ਕਿੰਨਾ ਪਿਆਰਾ, ਕਿੰਨਾ ਸਾਫ਼ ਹੈਗਾ, ਬਹੁਤ ਸੋਹਣਾ ਵਰਕ ਹੋਇਆ ਗਾ। ਤੁਸੀਂ ਵੀ ਇਹਦੇ ਨਾਲ ਅਸੀਂ ਨੇ ਜਿਹੜਾ ਕਿ ਸਟਿਚਿੰਗ ਕੀਤਾ ਗਾ ਪੈਂਟ ਪਲਾਜੋ। ਇਹ ਦੇਖੋ ਪੈਂਟ ਬਣਾਈ ਹੈ ਜੀ, ਪੈਂਟ ਵੀ ਬਹੁਤ ਸੋਹਣੀ ਬਣੀ ਹੈ, ਪੈਂਟ ਪਲਾਜੋ ਬਣਾਇਆ ਗਾ ਨਾਲ। ਅਤੇ ਐਂਡ ਤੁਸੀਂ ਦੁਪੱਟਾ ਦਾ ਕਲਰ ਹਲਕਾ ਜਿਹਾ ਡਾਰਕ ਹੈ ਸੂਟ ਨਾਲ, ਥੋੜ੍ਹਾ ਪਿੰਕ ਜਿਹੀ ਟੋਨ 'ਤੇ ਆ। ਸੂਟ ਦਾ ਕਲਰ ਵੀ ਬਹੁਤ ਹੀ ਪਿਆਰਾ, ਬਹੁਤ ਹੀ ਸੋਬਰ ਜਿਹਾ ਸੂਟ ਹੈ। ਅਤੇ ਤੁਸੀਂ ਵੀ ਐਵੇਂ ਦੇ ਸੋਹਣੇ ਜਿਹੇ ਸਰਦਾਰੀ ਜਿਹੇ ਸੂਟ ਬਣਾਉਣ ਲਈ ਫਤਿਹ ਬੁਟੀਕ ਬੁਡਰੁੱਖਾਂ ਵਾਲਿਆਂ ਨਾਲ ਕੰਟੈਕਟ ਕਰਿਆ ਕਰੋ ਜੀ। ਅਤੇ ਕਾਹਲੀ ਕਾਹਲੀ 'ਚ ਕਈ ਵਾਰ ਗਲਤ ਕੁਛ ਬੋਲਿਆ ਵੀ ਜਾਂਦਾ ਤਾਂ ਮਾਫ਼ੀ ਚਾਹੁੰਦੇ ਹਾਂ। ਅਤੇ ਨਾਲ ਨਾਲ ਮੈਂ ਤੁਹਾਨੂੰ ਇੱਕ ਸੂਟ ਹੋਰ ਵੀ ਦਿਖਾਉਂਗੀ, ਤੁਸੀਂ ਮੇਰੀ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਕਰ ਦਿਓ। ਅਤੇ ਆ ਜਾਓ ਜੀ ਆਪਾਂ ਦੂਸਰਾ ਸੂਟ ਵੇਖਦੇ ਹਾਂ ਜਿਹੜਾ ਕਿ ਬਹੁਤ ਸੋਹਣਾ ਲੱਗਦਾ। ਇਹ ਉਹਦਾ ਦੁਪੱਟਾ ਜਾਲ ਵਾਲਾ ਜਿਹੜਾ ਕਿ ਤੁਸੀਂ ਵੇਖ ਰਹੇ ਹੋਗੇ, ਇੱਦਾਂ ਦੇਖੋ ਇਹ ਜਾਲ ਦੇ ਵਿੱਚ ਬਣਿਆ ਹੋਇਆ ਦੁਪੱਟਾ। ਪਹਿਲਾਂ ਮੈਂ ਦੁਪੱਟੇ ਹੀ ਵਿਖਾ ਦਿੰਦੀ ਹਾਂ ਤੁਹਾਨੂੰ। ਅਤੇ ਹੁਣ ਆਪਾਂ ਇਹਦੀ ਸ਼ਰਟ ਵੀ ਵੇਖਦੇ ਹਾਂ, ਸ਼ਰਟ ਜਿਹੜੀ ਕਿ ਬਹੁਤ ਸੋਹਣੀ ਬਣੀ ਹੋਈ ਆ। ਇਹ ਸ਼ਾਰਟ ਜੀ ਸ਼ਰਟ ਬਣਾਈ ਆ, ਸ਼ਰਟ ਵੇਖੋ ਤੁਸੀਂ। ਅਤੇ ਅਸੀਂ ਪੈਚ ਨੇ ਜਿਹੜੇ ਉਹ ਕੱਟ ਕੇ ਲਗਾਏ ਨੇ ਜੀ, ਅਤੇ ਮੈਂ ਤੁਹਾਨੂੰ ਦਿਖਾਉਣੀ ਆ ਲਟਕਣ ਥੋੜ੍ਹੇ ਜਿਹੇ ਵਿੱਚ ਆ ਗਏ ਸੀ। ਐਂਡ ਇਹ ਦੇਖੋ ਇਹ ਹੋ ਗਏ ਲਟਕਣ ਇਹਦੇ, ਅਤੇ ਇਹ ਹੋ ਗਿਆ ਪੈਚ। ਐਂਡ ਸਲੀਵਸ ਦਾ ਵੀ ਤੁਸੀਂ ਵੇਖ ਸਕਦੇ ਹੋ, ਸਲੀਵਸ 'ਤੇ ਵੀ ਕੰਮ ਬਹੁਤ ਸੋਹਣਾ ਹੋਇਆ ਵਾ। ਇੱਕ ਮਿੰਟ